ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਯੋਗੀ ਮਲਵਈ ਗੱਦੇ ਨੂੰ ਪਿਆਰ ਕਰਨ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਅੱਜ ਫਾਈਨਲੀ ਫਸਟ ਬਲੌਗ ਬਣਾਉਣ ਬਾਰੇ ਸੋਚਿਆ ਅਤੇ ਅੱਜ ਸੁਬਾਹ 5:30 ਦਾ ਤਕਰੀਬਨ ਟਾਈਮ ਆ। ਸੋ ਅੱਜ ਮੇਰੇ ਖਿਆਲ ਨਾਲ ਸਾਡਾ ਹਫ਼ਤੇ ਦੇ ਵਿੱਚ ਚੌਥਾ ਸ਼ੋਅ ਆ ਪਟਿਆਲਾ ਸਿਟੀ ਦੇ ਵਿੱਚ। ਉੱਥੋਂ ਪਟਿਆਲੇ ਵਾਲਿਆਂ ਨੇ ਬੜਾ ਪਿਆਰ ਦਿੱਤਾ, ਮਾਣ ਬਖਸ਼ਿਆ ਅਤੇ ਅੱਜ ਵੀ ਪਟਿਆਲੇ ਜਾ ਰਹੇ ਹਾਂ। ਸੋ ਅੱਜ ਸਪੈਸ਼ਲ ਟੀਮ ਲੱਗੀ ਹੋਈ ਆ, ਮਿਲਾਵਾਂਗੇ ਤੁਹਾਨੂੰ ਸਾਰਿਆਂ ਨੂੰ ਬਲੌਗ ਦੇ ਵਿੱਚ, ਟੀਮ ਨੂੰ, ਸਾਰੀ ਟੀਮ ਨੂੰ ਰੈਡੀ ਕਰਕੇ। ਅਤੇ ਅਸੀਂ ਦੋਨੋਂ ਭਰਾ, ਛੋਟਾ ਅਤੇ ਵੱਡਾ, ਅਤੇ ਸਪੈਸ਼ਲ ਕਸਟਮਰ ਦੀ ਡਿਮਾਂਡ 'ਤੇ ਅੱਜ ਸਾਡੀ ਡਬਲ ਟੀਮ ਇੱਕੋ ਫੰਕਸ਼ਨ 'ਤੇ ਲੱਗੀ ਹੋਈ ਆ। ਸੋ ਉਮੀਦ ਕਰਦਾ ਸਾਰਿਆਂ ਨੂੰ ਸਾਡਾ ਫਸਟ ਬਲੌਗ ਪਸੰਦ ਆਊਗਾ ਔਰ ਪਿਆਰ ਦਿਉਂਗੇ ਤੁਸੀਂ ਸਾਰੇ, ਜਿਵੇਂ ਸਾਨੂੰ ਇੰਸਟਾ ਫੈਮਿਲੀ ਨੇ ਪਿਆਰ ਦਿੱਤਾ, ਉਵੇਂ ਸਾਨੂੰ ਯੂਟਿਊਬ ਫੈਮਿਲੀ ਵੀ ਪਿਆਰ ਕਰੂਗੀ। ਸੋ ਆਓ ਕਰੀਏ ਸ਼ੁਰੂਆਤ ਦਿਨ ਦੀ, ਲੈ ਕੇ ਰੱਬ ਦਾ ਨਾਂ, ਅਤੇ ਅੱਗੇ ਅੱਗੇ ਮਿਲਾਉਂਦੇ ਹਾਂ ਤੁਹਾਨੂੰ ਸਾਰਿਆਂ ਦੇ ਨਾਲ, ਆਰਟਿਸਟਾਂ ਨਾਲ, ਔਰ ਪੂਰੇ ਦਿਨ ਦੀ ਕਵਰਿੰਗ ਤੁਹਾਨੂੰ ਦਿਖਾਉਣਾਂਗੇ ਕਿ ਮਲਵਈ ਗਿੱਧੇ ਦੇ ਵਿੱਚ, ਮਲਵਈ ਗਿੱਧੇ ਦੇ ਕੰਮ ਦੇ ਵਿੱਚ ਕਿਵੇਂ ਦਾ ਦਿਨ ਰਹਿੰਦਾ ਸਾਰਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਜਾ ਰਿਹਾ ਜੀ ਹੁਣ ਹਵੇਲੀ, ਅਤੇ ਮੁੰਡੇ ਆਪਣੇ ਭਰਾ ਉੱਠ ਗਏ ਹੋਣੇ ਆ ਸਾਰੇ, ਛੋਟਾ ਬ੍ਰਦਰ ਠਾਲ ਕੇ ਆਇਆ ਸਾਰਿਆਂ ਨੂੰ, ਅਤੇ ਮੈਂ ਜਾ ਰਿਹਾ ਹਵੇਲੀ, ਅਤੇ ਉੱਥੋਂ ਸਾਰਿਆਂ ਨੂੰ ਨਾਲ ਲੈ ਕੇ ਦੋਨੋਂ ਗੱਡੀਆਂ ਰੈਡੀ ਕਰਕੇ ਅਤੇ ਆਪਾਂ ਪਟਿਆਲੇ ਲਈ ਰਵਾਨਾ ਹੋ ਜਾਣਾ ਜੀ। ਪਿੰਡ ਤੋਂ ਜਲੰਧਰ ਰੋਡ ਵੱਲੋਂ ਮੁੜ ਕੇ ਗਰਾਊਂਡ ਦੇ ਕੋਲ ਬਿਲਕੁਲ ਹਵੇਲੀ ਆਪਣੀ, ਜਿੱਥੇ ਗੱਡੀਆਂ ਖੜੀਆਂ ਨੇ, ਆਪਣੇ ਰਹਿਣ ਦਾ ਇੰਤਜ਼ਾਮ ਕੀਤਾ ਹੋਇਆ ਮੁੰਡਿਆਂ ਨੇ। ਆ ਜਾਓ ਨਾਲੇ, ਅੱਜ ਤੁਹਾਨੂੰ ਬਲੌਗ ਦੇ ਵਿੱਚ ਹਵੇਲੀ ਦਿਖਾਉਣਾ ਜਿੱਥੇ ਅਸੀਂ ਰਹਿਣ ਬਸੇਰਾ ਬਣਾਇਆ ਹੋਇਆ ਆਪਣਾ, ਕਿਉਂਕਿ ਕੋਈ ਬਲੌਗ ਨਹੀਂ ਸ਼ੂਟ ਕੀਤਾ ਸੀਗਾ ਜਦੋਂ ਬਣਾਇਆ ਸੀਗਾ ਪਹਿਲਾਂ, ਜਿੱਦਾਂ ਪਿੰਡ ਕੋਠੀ ਰਹਿੰਦੇ ਹੁੰਦੇ ਸੀਗੇ ਅਤੇ ਉਹ ਕੋਠੀ ਜਿੱਦਾਂ ਸੇਲ ਕਰ ਦਿੱਤੀ ਸੀਗੀ ਅਤੇ ਫਰੈਂਡ ਦੀ ਸੀਗੀ ਕੋਠੀ, ਅਤੇ ਹੁਣ ਅਸੀਂ ਆਪਣੇ ਲਈ ਹਵੇਲੀ ਇੱਧਰ ਤਿਆਰ ਕੀਤੀ ਸੀਗੀ। ਅਤੇ ਆ ਜਾਓ ਨਾਲ ਨਾਲ ਤੁਹਾਨੂੰ ਦਿਖਾਉਂਦੇ ਹਾਂ, ਇਹ ਆ ਗਿਆ ਹਵੇਲੀ ਦਾ ਰਸਤਾ ਜੀ, ਬਿਲਕੁਲ ਜਿੰਮ ਦੇ ਨਾਲੋਂ। ਲਓ ਜੀ, ਫਾਈਨਲੀ ਆਪਾਂ ਹਵੇਲੀ ਪਹੁੰਚ ਚੁੱਕੇ ਹਾਂ ਜੀ, ਅਤੇ ਵੱਤੀਆਂ ਵੱਤੀਆਂ ਜਗਣੀਆਂ, ਮੈਨੂੰ ਲੱਗਦਾ ਸਾਰੇ ਵੀ ਰੈਡੀ ਆ। ਆਹ ਇੱਕ ਫਿਰ ਇੰਡੀਆ ਆਇਆ, ਮੋਗੇ ਤੋਂ ਆਇਆ ਮੁੰਡਾ ਮਿੱਤਰਾ। ਆ ਲਓ ਜੀ, ਗਰੀਬਾਂ ਦਾ ਮਾੜਾ ਮੋਟਾ ਰਹਿਣ ਬਸੇਰਾ। ਆਹ ਦਾਣੀ ਪਿਆ ਫਿਰਦਾ, ਦਾਣੀ ਦਾਣੀ, ਇਹ ਆ ਜੀ ਦਾਣੀ ਢੋਲੀ ਸਾਡੇ ਗਰੁੱਪ ਦੀ ਆਣ ਸ਼ਾਨ। ਆਹ ਢੋਲਕੀ ਬੱਚਾ ਆ ਗਿਆ, ਇਹ ਪੜਿਆ ਬੱਚਾ ਢੋਲਕੀ। ਲਓ ਜੀ ਮਿੱਤਰੋ, ਹਵੇਲੀ ਪਹੁੰਚ ਚੁੱਕੇ ਹਾਂ, ਢੋਲਕੀ ਉੱਠ ਖੜਿਆ ਜੀ, ਲੀਚੀ ਉੱਠ ਖੜਿਆ ਜੀ, ਲੀਚੀ ਅੱਜ ਬਲੈਗ ਪਹਿਲਾ ਬਲੌਗ ਸ਼ੂਟ ਕਰਨ ਲੱਗੇ ਹਾਂ। ਲਓ ਜੀ ਗੱਡੀ ਆ ਵੀ ਤਿਆਰ, ਬਰ ਤਿਆਰ ਆ, ਗਰਮ ਆਉਣ ਡਈ ਆ। ਲਓ ਮਿੱਤਰੋ, ਹਾਂਜੀ ਉੱਠ ਖੜੇ ਹਾਂ ਜੀ, ਇਹ ਸਾਡਾ ਹਰਦੀਪ ਬਾਈ ਗੁੱਲੂ ਸ਼ਾਹ ਜੀ, ਉੱਠ ਖੜੇ ਜੀ, ਰੈਡੀ। ਹਾਂਜੀ ਦਾਣੀ ਜੀ ਰੈਡੀ, ਅੰਕੁਸ਼ ਰੈਡੀ ਆ ਜੀ, ਲੈ ਲੀਚੀ, ਲੀਚੀ ਡਰੈਸਾਂ ਸਾਰੀਆਂ ਕੰਪਲੀਟ ਆ, ਰੈਡੀ ਆ, ਆਹ ਮੁੰਡਾ ਅੱਜ ਪਹਿਲੇ ਦਿਨ ਆਇਆ ਜੀ, ਹਾਂ ਅਤੇ ਯੋਗੀ ਟੀਮ 'ਚ ਸ਼ਾਮਿਲ ਹੋਇਆ ਜੀ, ਅਤੇ ਆ ਜਾਓ ਫਿਰ ਤੁਹਾਨੂੰ ਸਾਰੇ ਕਹਿੰਦੇ ਆ ਆਪਣੀ, ਇਹ ਤਾਂ ਨੋਵਾ 'ਤੇ ਬੰਦੇ ਸਾਰਾ ਸਮਾਨ ਜੀ, ਬੰਦੇ ਬੰਦੇ ਲੀਚੀ ਰੱਖਦੇ ਢੋਲ ਮੇਰਾ ਵੀਰ, ਮੈਂ ਲਵ ਜੀ, ਹਾਂਜੀ ਹੋਜੋ ਰੈਡੀ, ਆ ਗਏ ਜੀ, ਕਿਤਨਾ ਪਾਣੀ ਪੀਏਗਾ, ਦੋ ਘੜਾ ਜਿਹੜੇ ਪਾਣੀ ਪੀਣਾ ਵਧੀਆ ਹੁੰਦਾ, ਹਾਂ ਇਹ ਮਿਲੋ ਜੀ ਗਿਆ, ਆਪੇ ਅਸੀਂ ਵੀ ਪੀ ਕੇ ਦੇਖੀ, ਇਹ ਖਬਰ ਮੋੜੇ ਸਾਹਮਣੇ ਇਹਦੇ ਵਿੱਚ। ਦੋਨੋਂ ਗੱਡੀਆਂ ਜੀ ਜਾ ਰਹੀਆਂ ਅੱਜ ਸ਼ੋਅ ਤੇ, ਲਓ ਮਿੱਤਰੋ ਸਾਧਨ ਰੈਡੀ ਵਰ ਤਿਆਰ, ਵਰ ਤਿਆਰ ਗੱਡੀਆਂ ਦੋਨੋਂ। ਹਾਂਜੀ ਮਿੱਤਰੋ, ਹਾਂਜੀ ਰੈਡੀ ਆ ਜੀ, ਰੈਡੀ ਓਕੇ ਜੀ, ਚਲੋ ਚਲੋ ਖਿੱਚ ਕੇ ਰੱਖਣਾ ਕੰਮ ਲਿਓ, ਹਾਂਜੀ
ਮਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਓ ਵੇ ਮਿੱਤਰੋ ਆਓ ਜੀ ਗਲੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ। ਲਓ ਜੀ ਚੱਲ ਪਏ ਆ ਜੀ ਸਫਰਾਂ ਤੇ ਤੇ ਉਸਤਾਦ ਨੂੰ ਬਸ ਸਾਰੇ ਮੁੰਡੇ ਬਹਿ ਗਏ ਆ ਤੇ ਉਸਤਾਦ ਨੂੰ ਚੱਕਣਾ ਹੁਣ ਗਲੀ ਚੋਂ। ਲਓ ਜੀ ਉਸਤਾਦ ਲੋਕ ਖੜੇ ਆ ਜੀ ਬੰਦੇ ਜਾਲੀ ਆ। ਪਹਿਲਾਂ ਦੱਸਤਾ ਆ ਸੋਹਣਾ ਨੀ ਸਹੀ ਗੱਲ ਹੋਣਾ ਨੀਗਾ ਕਿਸੇ ਨੇ ਸਹੀ ਗੱਲ ਸਹੀ ਕਿਹੜੀ ਉਹ ਆਸ਼ਕ ਕਿੱਥੇ ਆ ਬੁੱਢਾ ਗੋਬਰੀ ਆ ਭਾਈ ਚੱਕਰ ਵੀ ਘੁਮਾਉਣਾ ਉਂਗਲੀ ਨਾਲੇ ਪੁਰਾਣਾ ਬੱਸ ਅੱਡਾ ਇੱਥੇ ਬੱਸ ਅੱਡਾ ਹੁੰਦਾ ਸੀ ਨੂਰ ਮਹਿਲ ਦਾ ਪਹਿਲਾਂ ਜੀ। ਚਲੋ ਵੀ ਮਿੱਤਰਾ ਲਓ ਜੀ ਮਿੱਤਰੋ ਫਲੋਰ ਪਹੁੰਚ ਗਏ ਜੀ। ਹੈਲੋ ਅੰਕੁਸ਼ ਹਾਂਜੀ ਸਰ ਜੀ ਉਸਤਾਦ ਨੂੰ ਕਿਹਾ ਸੀ ਐਨ ਜੀ ਭਰਾ ਲਈ ਗੱਡੀ 'ਚ ਲਓ ਜੀ ਉਹ ਚਾਂਦੀ ਰਾਣੀ ਸੁੰਦਰ ਲੈ ਵੀ ਮਿੱਤਰਾ ਹੁਣ ਆਵਾਜ਼ਾਂ ਨਿਕਲੀਆਂ ਸਵੇਰ ਦੀਆਂ ਜੀ ਢੋਗੀ ਨੇ ਛੇ ਥੱਪੜ ਖਾਧੇ ਅੱਜ ਮੈਂ ਕਾਹਦੇ ਖਾਧੇ ਦੱਸ ਮੁੜੇ ਗੱਡੀ ਗਲਤ ਚਲਾਈ ਜਾਂਦਾ ਗੱਡੀ ਗਲਤ ਚਲਾਈ ਜਾਂਦਾ ਸੋਰੀ ਰਸਤੇ ਤੋਂ ਉਸ ਰਸਤੇ ਤੋਂ ਲੰਘਾਇਆ ਜਿਹੜਾ ਭੁੱਲੀ ਜਾਣ ਡਿਆ ਲੈ ਵੀ ਮਿੱਤਰਾ ਦਿੱਲੀ ਵਾਲਾ ਰੋਡ ਆ ਗਿਆ ਜੀ ਮੇਨ ਰੋਡ ਪਟਿਆਲੇ ਵਾਲਾ ਉਸਤਾਦ ਜੀ ਹੁਣੀ ਫੜਾਉਣੇ ਸੀ ਜੀ ਰਾਣੀ ਸੁੰਦਰਾ ਜੀ ਆਪਾਂ ਇੱਥੇ ਪਹੁੰਚ ਗਏ ਫੇਰ ਆਪਣੀ ਟੈਂਕੀ ਖੋਲਿਆ ਪਰਸੋਂ ਖਾਲੀ ਸੀ ਰਾਤੀ ਉੱਥੇ ਪਰ ਆਪਣੇ ਰਹੀ ਸੀ ਵਧੀਆ ਵਧੀਆ ਟੈਂਕੀ ਵਧੀਆ ਉਹਨਾਂ ਵੀ ਐਵੇਂ ਨਹੀਂ ਹੈਗੀ ਐਦਾਂ ਰੋਡ ਦੇ ਕੰਮ ਸੀ ਐਨ ਜੀ ਭਰਾਉਣ ਲੱਗੇ ਆ ਜੀ ਉੱਪਰ ਦੀ ਆਉਣਾ ਸਿੱਧੇ ਆਈ ਚੱਲੋ ਹੁਣ ਤੂੰ ਕਿੱਥੇ ਮੁੜ ਜਾਣਾ ਜੰਗਲ ਚੋ ਗਿੱਦੜਾਂ ਦਾ ਨੀ ਰਾਜ ਚੱਲਦਾ ਜੰਗਲ ਚ ਬਾਜ ਕਹਿੰਦੇ ਨਾ ਡਾਰੀ ਮਾਰਦਾ ਹੌਲੀ ਹੌਲੀ ਤੇ ਬਾਜ ਆ ਗਏ ਮੈਦਾਨ ਚ ਚਿੜੀਆਂ ਡਾਰੀ ਨੀ ਮਾਰਦੀਆਂ ਜਾਂਦੀਆਂ ਚਿੜੀਆਂ ਬੰਦ ਰਹਿਣ
ਰੈਡੀ ਹੋ ਕੇ ਲਾਉਂਦੇ ਆ ਰੌਣਕਾਂ ਸਮਾਨ ਸਮੂਨ ਲੱਗੇ ਲਾਉਣ ਦੋਵੇਂ ਗੱਡੀਆਂ ਆਈਆਂ ਹੋਈਆਂ ਸਾਰੇ ਵੀਰ ਆਪਣੇ ਪਹੁੰਚ ਗਏ ਆ ਤੇ ਬਾਕੀ ਵੀ ਆਪਾਂ ਰੈਡੀ ਹੋ ਕੇ ਰੌਣਕਾਂ ਲਾਵਾਂਗੇ ਲੋ ਜੀ ਪਹੁੰਚ ਗਏ ਆ ਵਿਆਹ ਵਾਲਿਆਂ ਦੇ ਘਰ ਸਾਡੇ ਜੋਗੀ ਸਾਹਿਬ ਜੀ ਤਿਆਰ ਕਿੱਧਰ ਹੋਣਾ ਇੱਧਰ ਸਾਰੀ ਟੀਮ ਸਮਾਨ ਲੈ ਕੇ ਪਹੁੰਚ ਚੁੱਕੀ ਹੈ ਗੁਪਚੀ ਹੋ ਗਈ ਜੀ ਯੋਗੀ ਮਲਵਈ ਕਿੱਦਾਂ ਜੀ ਪੱਗ ਬਣਾ ਰਹੇ ਆ ਮਹਾਰਾਜ ਹਾਂਜੀ ਹਾਂਜੀ ਭਾਈ ਹਾਂਜੀ ਪੱਗ ਬਣ ਰਹੇ ਆ ਵਧੀਆ ਸੋਹਣਾ ਜਿਹਾ ਮੁੰਡਾ ਬਣਾ ਦਿਓ ਮੁੰਡੇ ਨੂੰ ਐਨ ਔਖੇ ਰਿਪੋਰਟ ਕਰ ਦਿਓ ਮੁੰਡੇ ਨੂੰ ਪੱਗ ਸਹੀ ਆ ਪੱਗ ਬਹੁਤ ਸੋਹਣੀ ਜੀ ਖਾਨ ਸਾਹਿਬ ਜੀ ਸਾਡੇ ਕੀ ਕਰ ਦੇਵੇ ਦਾਣੀ ਉਡਾੜੀ ਜੀ
ਤੇ ਜੋਗੀ ਸਾਹਿਬ ਨੇ ਰੈਡੀ ਹੋ ਗਏ ਨਾਲ ਟੀਮ ਦੇ ਮੈਂਬਰ ਰੈਡੀ ਨੇ ਵਿਆਹ ਵਾਲਿਆਂ ਦੇ ਘਰ ਪਹੁੰਚ ਗਏ ਨੇ ਰੌਣਕਾਂ ਲੱਗੂਗੀਆਂ ਫੁੱਲ ਇੰਜੋਏ ਕਰੂੰਗੇ ਜੋਗੀ ਸਾਹਿਬ ਜੀ ਆ ਸਾਡੇ ਭਾਈ ਵਿਆਹ ਵਾਲਾ ਘਰ ਸ਼ਾਦੀ ਵਾਲਾ ਘਰ
ਪੈਲਸ ਦੀ ਲੁੱਕ ਬਹੁਤ ਬਹੁਤ ਜਿਆਦਾ ਘੈਂਟ ਹੈ ਆ ਸਾਡੇ ਸਾਡੇ ਢੋਲੀ ਸਾਹਿਬ ਬੁੱਲੂ ਸਤਾ ਜੀ ਲਿਜੀ ਵੀਰ ਲਿਜੀ ਵੀਰ ਹਦੀਪ ਜੀ ਇਹ ਸਾਡੇ ਮੋਗੇ ਵਾਲੇ ਯਾਰ ਮੋਗੇ ਤੋਂ ਅੱਜ ਕੋਈ ਸਿੰਗਰ ਆ ਰਿਹਾ ਤੋ ਸ਼ਾਇਦ ਸਵਾਲ ਦੇ ਠੰਡਾ ਫੇਰ ਮੈਂ ਦੇ ਠੰਡਾ ਬੰਦ ਕੀਤਾ ਸਾਡੇ ਕੁਛ ਜੋੜੀ ਜੀ ਸਾਡੇ ਬਾਲ ਲੰਗੇ ਬਾਲ ਇੱਥੇ ਥੋੜਾ ਬਹੁਤ ਠੰਡਾ ਗਿਆ ਸਾਡੇ ਮੋਗੇ ਆਈ ਜਾਨ ਸਾਡੇ ਸਾਥੀ ਬੋਲੀ ਜਾਣੀ ਜੀ ਬ੍ਰੇਕਫਾਸਟ ਆ ਰਿਹਾ ਸਾਜ ਲੱਗਾ ਹੋਇਆ ਸਾਜ ਕਿਹਦਾ ਲੱਗਾ ਹੋਇਆ ਕੋਈ ਪ੍ਰੋਬਲਮ ਤਾਂ ਨਹੀਂ ਬਾਈ ਆ ਜਾ ਉਸਤਾਦ ਮੜਿਆ ਆ ਜਾ ਉਸਤਾਦ ਉਹ ਸਾਵਾ 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 ਭੁੱਲਿਆ ਕਿਉਂ ਫਿਰਦਾ ਕਹਿੰਦੇ ਮਾਵਾਂ ਠੰਡੀਆਂ ਵੀ ਮਾਵਾਂ ਠੰਡੀਆਂ ਚਾਵਾਂ ਵੀ ਮਾਂ ਦਾ ਦੇਣ ਕੋਈ ਦੇ ਨਹੀਂ ਸਕਦਾ ਕੀੜਾ ਜਾਗੀ ਵੀ ਕੀੜਾ ਜਾਗੀ ਰਾਣਾ ਵੀ ਗੁਰੂ ਬਿਨਾਂ ਕਹਿੰਦੇ ਗਿਆਨ ਨਹੀਂ ਹੁੰਦਾ ਵੀ ਗੱਲ ਇਹ ਸੱਚੀ ਸੁਣਾਵਾਂ ਵੀ ਗਿਆਨ ਦਿੱਤਾ ਮੈਨੂੰ ਛੋਟੇ ਵੀਰ ਨੇ ਉਹ ਗਿਆਨ ਦਿੱਤਾ ਮੈਨੂੰ ਛੋਟੇ ਜੋਗੀ ਨੇ ਜਾਂ ਪੈਰੀਆਂ ਦਲਾਵਾਂ ਵਿੱਚ ਗਿੱਦੇ ਨੇ ਗਿੱਦੇ ਨੇ
ਮਲਵਈ ਬੋਲੀਆਂ ਪਾਉਂਗਾ ਕੀ ਕਹਿੰਦਾ ਉਹ ਸੱਭਿਆਚਾਰ ਬਦਲ ਗਿਆ ਸਾਡਾ ਲੋਕ ਬਦਲ ਗਿਆ ਸਾਰੇ ਵੀ ਕੁਝ ਰੋਟੀ ਨੇ ਬਾਹਰ ਭੇਜਦੇ ਵੀ ਕੁਝ ਰੋਟੀ ਨੇ ਬਾਹਰ ਭੇਜਦੇ ਆ ਕੁਝ ਨਸ਼ਿਆਂ ਦੇ ਮਾਰੇ ਪੂਜਾ ਭੁੱਲ ਗਈ ਹੈ ਰੋਟੀ ਖਾ ਲਈ ਪੁੱਤ ਨੇ ਉਸਤਾਦ ਜੀ ਗੁਰੂ ਜੀ ਬਾਬਾ ਜੀ ਇਹ ਬੀਬੀ ਜੀ ਵਿਆਹ ਤੇ ਬਹੁਤ ਭੰਗੜਾ ਪਾਇਆ ਬੀਬੀ ਜੀ ਉਹਨਾਂ ਨੇ ਵੀ ਪ੍ਰੋਗਰਾਮ ਕਿੱਦਾਂ ਰਿਹਾ ਬਹੁਤ ਵਧੀਆ ਬਹੁਤ ਵਧੀਆ ਪਸੰਦ ਆਇਆ ਸਾਰਾ ਕੁਝ ਸਾਰੇ ਮੁੰਡੇ ਨੂੰ ਪਸੰਦ ਆਇਆ ਸਾਡਾ ਹਾਂਜੀ ਸਾਰੇ ਮੁੰਡੇ ਨੂੰ ਪਸੰਦ ਆਇਆ ਕੀ ਬਾਤ ਆ ਥੈਂਕ ਯੂ ਬੀਬੀ ਜੀ ਨਿਆਣਿਆਂ ਨੂੰ ਵੀ ਲੈ ਕੇ ਆਵੇ ਯਾਦ ਕਰਿਓ ਠੀਕ ਹੈ ਜੀ ਪ੍ਰੋਗਰਾਮ ਕਿੱਦਾਂ ਲੱਗਾ ਆਪਣਾ ਵਧੀਆ ਵਧੀਆ ਕਾਰਡ ਦੋ ਬੀਬੀ ਜੀ ਨੂੰ
ਯੋਗੀ ਮਲਵਈ ਕਿੱਦਾਂ ਕਿਹੜੀ ਹੈ ਇਹਨਾਂ ਯੋਗੀ ਮਲਵਈ ਕਿੱਦਾਂ ਉਸ ਤੇ ਵੀ ਹੈ ਹਾਂ YouTube ਤੇ ਵੀ ਹੋਣੀ ਆ ਤੇ ਜਾਣ ਆਇਆ ਠੀਕ ਹੈ ਬਾਏ ਦੀਏ ਓਕੇ ਲੋ ਮਿੱਤਰੋ ਤੇ ਕਿਤੇ ਚਾਹ ਪੀਣੀ ਆ ਪ੍ਰੋਗਰਾਮ ਤੋਂ ਵਿਹਲੇ ਹੋ ਕੇ ਆਏ ਆ ਹਾਂਜੀ ਦਾਣੀ ਜੀ ਕੀ ਹਾਂਜੀ ਕਿੱਦਾਂ ਤਾਂ ਉੱਠਿਆ ਵਾ ਮਾਲਕ ਲਰੇ ਆ ਹਰਦੀਪ ਤਾਂ ਕਹਿੰਦਾ ਜੀ ਕੀ ਕਹਿੰਦੀ ਕੀ ਜਾਂਦਾ ਹਰਦੀਪ ਅਰੇ ਇਹ ਬਲੌਗ ਬਣ ਗਿਆ ਚਾਹੇ ਵੇ ਕੌਣ ਸੌ ਗਿਆ ਇਹ ਕਹਿੰਦਾ ਮੈਂ ਕੀ ਕਰਦਾ ਕੁਝ ਨਹੀਂ ਸੌ ਗਿਆ ਸੀ ਨਹੀਂ ਨਹੀਂ ਵੀਡੀਓ ਕੋਲ ਕਰ ਗੱਡੀ ਚ ਮੈਂ ਤੁਹਾਡੇ ਵਾਲੀ